ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮੈਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਬਹੁਤ ਹੀ ਟੇਸਟੀ ਬਹੁਤ ਹੀ ਲਾਜਵਾਬ ਬੈਂਗਨ ਦੀ ਸਬਜ਼ੀ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੋ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਆ ਇਹ ਆਪਾਂ ਬੈਂਗਨ ਲਏ ਆ 500 ਗ੍ਰਾਮ ਤੇ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਜਿਹੜਾ ਇਹ ਆਪਾਂ ਇਹਨੂੰ ਸਿਰਫ ਇਹਦੇ ਟਾਕੀ ਲਾਇਆ ਤੇ ਆਪਾਂ ਇਹਦੀਆਂ ਜਿਹੜੀਆਂ ਫਾੜੀਆਂ ਨਹੀਂ ਕੱਟਣੀਆਂ ਇਹਨਾਂ ਨੂੰ ਸਾਫ਼ ਤੇ ਹੀ ਰੱਖਣਾ ਹੈ ਤੇ ਥੱਲੋਂ ਜਿਹੜਾ ਇਹਨਾਂ ਨੂੰ ਜੁੜਨ ਜੁੜੇ ਹੀ ਰੱਖਣਾ ਵਾ ਤੇ ਦੋ ਟੱਕ ਲਾ ਲੇ ਇਧਰ ਦੋ ਪਿਆਜ਼ ਤੇ ਦੋ ਟਮਾਟਰ ਹਰੀ ਮਿਰਚ ਦੋ ਤੇ ਆਦਰਕ ਤੇ ਲਸਣ ਤੇ ਇੱਕ ਚਮਚ ਬੇਸਣ ਕਾਜੂ ਥੋੜੇ ਜਿ 10 12 ਤੇ ਇਹ ਆਪਣੇ ਘਰੇ ਮਸਾਲੇ ਆ ਧਨੀਆ ਸਾਫਤਾ ਜੀਰਾ ਕਾਲੀ ਮਿਰਚ ਲੌਂਗ ਤੇ ਇਲਾਇਚੀ ਵੱਡੀ ਚਾਰ ਚਮਚਾ ਆਪਾਂ ਦਹੀਂ ਦੇ ਲਏ ਆ ਦਹੀਂ ਨੂੰ ਜੇ ਤੁਸੀਂ ਜ਼ਿਆਦਾ ਖੱਟੀ ਸਬਜੀ ਨਹੀਂ ਪਸੰਦ ਕਰਦੇ ਤਾਂ ਦਹੀਂ ਆ ਜਿਹੜਾ ਸਕਿਪ ਵੀ ਕਰ ਸਕਦੇ ਆ ਵੈਸੇ ਸਬਜੀ ਦਾ ਟੇਸ ਆ ਜਿਹੜਾ ਬਹੁਤ ਹੀ ਵਧੀਆ ਬਣਦਾ ਹਾਂਜੀ ਅਬ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਵਿੱਚ ਤੜਕਾ ਫਰਾਈ ਕਰਾਂਗੇ ਅੱਜ ਆਪਾਂ ਬਣਾਵਾਂਗੇ ਜੀ ਸ਼ਾਹੀ ਬੈਂਗਣ ਸਭ ਨੂੰ ਪਸੰਦ ਆਉਣ ਵਾਲੇ ਬੱਚਿਆਂ ਨੂੰ ਵੱਡਿਆਂ ਨੂੰ ਤੇ ਤੁਸੀਂ ਵੀ ਜਰੂਰ ਟਰਾਈ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਜਿਵੇਂ ਬਿਲਕੁਲ ਜਿਹੜਾ ਇਸੇ ਤਰੀਕੇ ਦੇ ਨਾਲ ਵੇਖਿਓ ਤੇ ਬਣਾਇਓ ਸਭ ਤੋਂ ਪਹਿਲਾਂ ਆਪਾਂ ਖਰੇ ਮਸਾਲੇ ਪਾਵਾਂਗੇ ਧਨੀਆ ਜਿਹੜਾ ਆਪਾਂ ਸਾਫਤਾ ਲਿਆ ਜੀਰਾ ਤੇ ਕਾਲੀ ਮਿਰਚ ਇਹ ਆਪਾਂ ਲੈ ਲਿਆ ਲਸਣ ਅਦਰਕ ਹਰੀ ਮਿਰਚ ਤੇ ਪਿਆਜ਼ ਇਹਨਾਂ ਨੂੰ ਆਪਾਂ 2 ਮਿੰਟ ਜਿਹੜਾ ਸੇਕ ਲਵਾਵਾਂਗੇ ਕਈ ਵਾਰ ਕੀ ਹੁੰਦਾ ਕਿ ਬੱਚਿਆਂ ਨੂੰ ਜਿਹੜੀ ਬੈਂਗਨ ਦੀ ਸਬਜ਼ੀ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਾਂ ਕੋਈ ਫੈਮਿਲੀ ਮੈਂਬਰ ਬੈਂਗਨ ਦੀ ਜਿਹੜੀ ਸਬਜ਼ੀ ਆ ਉਹ ਪਸੰਦ ਨਹੀਂ ਕਰਦੇ ਤੇ ਉਹਦੇ ਲਈ ਕੇ ਆਪਾਂ ਤਰੀਕਾ ਜਿਹੜਾ ਅਲੱਗ ਕਰ ਸਕਦੇ ਹਾਂ ਜਿਵੇਂ ਆਪਾਂ ਸ਼ਾਹੀ ਪਨੀਰ ਜਾਂ ਸ਼ਾਹੀ ਮਟਰ ਪਨੀਰ ਬਣਾਉਨੇ ਆ ਹਲਵਾ ਸਟਾਈਲ ਬਿਲਕੁਲ ਉਸੇ ਤਰੀਕੇ ਦੇ ਨਾਲ ਆ ਜਿਹੜਾ ਆਪਾਂ ਸ਼ਾਹੀ ਬੈਂਗਨ ਬਣਾਵਾਂਗੇ ਤੇ ਸਾਰਿਆਂ ਨੂੰ ਜਿਹੜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਲਓ ਜੀ ਇਹਨੂੰ ਆਪਾਂ ਜਿਹੜਾ 2 ਮਿੰਟ ਲਈ ਢੱਕ ਕੇ ਪਕਾਵਾਂਗੇ ਉਸ ਤੋਂ ਬਾਅਦ ਫੇਰ ਆਪਾਂ ਜਿਹੜਾ ਟਮਾਟਰ ਪਕਾਵਾਂਗੇ। ਲਓ ਜੀ 2 ਮਿੰਟਾ ਜਿਹੜਾ ਆ ਆਪਾਂ ਇਹਨੂੰ ਸੇਕ ਲਵਾ ਲਿਆ। ਪਿਆਜ਼, ਨੂਨ ਤੇ ਕਾਜੂ, ਹਰੀ ਮਿਰਚ, ਆਦਰਕ, ਲਸਣ ਨੂੰ ਤੇ ਹੁਣ ਆਪਾਂ ਜਿਹੜਾ 2 ਤੋਂ 3 ਮਿੰਟਾ ਜਿਹੜਾ ਟਮਾਟਰ ਪਕਾਵਾਂਗੇ। ਟਮਾਟਰਾਂ ਨੂੰ ਵੀ ਆਪਾਂ ਪੂਰੀ ਤਰ੍ਹਾਂ ਸੇਕ ਲਵਾ ਲੈਣਾ। ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ ਅੱਧੇ ਚਮਚੇ ਤੋਂ ਵੀ ਘੱਟ। ਤਾਂ ਕਿ ਜਿਆਦਾ ਇਹ ਆਪਣਾ ਟਮਾਟਰ ਤੇ ਆਦਰਕ ਇਹ ਪੂਰੀ ਤਰ੍ਹਾਂ ਗਲ ਜਾਣ, ਪੱਕ ਜਾਣ। ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ, ਜ਼ਿਆਦਾ ਨਹੀਂ ਪਾਵਾਂਗੇ। ਤਾਂ ਕਿ ਜਿਹੜਾ ਆਪਣਾ ਇਹ ਤੜਕਾ ਥੱਲੇ ਨਾ ਲੱਗੇ ਸੜੇ ਨਾ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਨੂੰ ਜਿਹੜਾ 2 ਮਿੰਟ ਲਈ 2-3 ਮਿੰਟ ਆ ਜਿਹੜਾ ਆਪਾਂ ਇਹਨੂੰ ਢੱਕ ਕੇ ਪਕਾਉਣਾ ਹਾਈ ਫਲੇਮ ਤੇ ਤਾਂ ਕਿ ਜਲਦੀ ਜਲਦੀ ਜਿਹੜਾ ਇਹ ਆਪਣਾ ਤੜਕਾ ਫਰਾਈ ਹੋ ਜਾਵੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇ ਹੁਣ ਆਪਾਂ ਇਹਨੂੰ 2-3 ਮਿੰਟ ਲਈ ਢੱਕ ਦਿੰਨੇ ਆ ਲਓ ਜੀ 2-3 ਮਿੰਟ ਜਿਹੜੇ ਹੋ ਗਏ ਆ ਤੇ ਤੜਕਾ ਜਿਹੜਾ ਆਪਣਾ ਪੂਰੀ ਤਰ੍ਹਾਂ ਗਲ ਗਿਆ ਪੱਕ ਕੇ ਤਿਆਰ ਆ ਹੁਣ ਇਹ ਇਹਦਾ ਕੱਚਾਪਾਨ ਜਿਹੜਾ ਦੂਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਸਾਈਡ ਤੇ ਰੱਖ ਦਿੰਨੇ ਆ ਉਸ ਤੋਂ ਬਾਅਦ ਫੇਰ ਆਪਾਂ ਇਹਦੀ ਗਰੇਵੀ ਬਣਾਵਾਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਜਿੰਨੀ ਦੇਰ ਆਪਣਾ ਜਿਹੜਾ ਤੜਕਾ ਠੰਡਾ ਹੁੰਦਾ ਹੈ ਤੇ ਓਨੀ ਦੇਰ ਆਪਾਂ ਜਿਹੜਾ ਬੈਂਗਣਾਂ ਨੂੰ ਫਰਾਈ ਕਰ ਲੈਣੇ ਆ ਵੈਸੇ ਤਾਂ ਆਮ ਨਾਰਮਲ ਸਬਜ਼ੀ ਜਿਹੜੀ ਕਾਮਨ ਜੀ ਆ ਆਲੂ ਬੈਂਗਾਨਾ ਦੀ ਸਬਜ਼ੀ ਬਣਾਈ ਜਾਂਦੀ ਆ ਜਾਂ ਭਰ ਕੇ ਬੈਂਗਣ ਵੀ ਬਣਾਏ ਜਾਂਦੇ ਆ ਹਰ ਇੱਕ ਦਾ ਤਰੀਕਾ ਜਿਹੜਾ ਅਲੱਗ-ਅਲੱਗ ਹੁੰਦਾ ਹੈ ਤੇ ਸਬਜ਼ੀ ਕ ਜਦੋਂ ਆਪਣੇ ਘਰਾਂ ਦੇ ਬੱਚੇ ਜਾਂ ਕੋਈ ਵੀ ਘਰ ਦੇ ਵਿੱਚ ਕੋਈ ਸਬਜ਼ੀ ਨੂੰ ਨਹੀਂ ਪਸੰਦ ਕਰਦਾ ਖਾਣਾ ਪਸੰਦ ਨਹੀਂ ਕਰਦਾ ਤਾਂ ਉਸ ਦਾ ਜਿਹੜਾ ਸਬਜ਼ੀ ਬਣਾਉਣ ਦਾ ਤਰੀਕੇ ਨੂੰ ਥੋੜਾ ਜਿਹਾ ਬਦਲ ਦਿਓ ਤਾਂ ਕਿ ਆਪਣੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਜਾਂ ਬੱਚੇ ਆ ਜਿਹੜਾ ਸਬਜ਼ੀ ਨੂੰ ਪਸੰਦ ਕਰਨ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਫਰਾਈ ਕਰ ਲੈਣਾ ਪੂਰੀ ਤਰ੍ਹਾਂ 5 ਮਿੰਟ ਤੱਕ ਜਿਹੜਾ ਆ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਲਓ ਜੀ ਬੈਂਗਣ ਵੀ ਜਿਹੜੇ ਆਪਣੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਆ ਫਰਾਈ ਹੋ ਗਏ ਆ ਹੁਣ ਆਪਾਂ ਇਹਨੂੰ ਜਿਹੜਾ ਕੜਾਈ ਦੇ ਵਿੱਚੋਂ ਬਾਹਰ ਕੱਢ ਲਾਂਗੇ ਇਸ ਤੋਂ ਜ਼ਿਆਦਾ ਆ ਆਪਾਂ ਇਹਨਾਂ ਨੂੰ ਨਹੀਂ ਪਕਾਉਣਾ ਫਰਾਈ ਨਹੀਂ ਕਰਨਾ ਇਹ ਪੂਰੀ ਤਰ੍ਹਾਂ ਜਿਹੜੇ ਫਰਾਈ ਹੋ ਗਏ ਆ ਕਲਰ ਆ ਜਿਹੜਾ ਇਹਨਾਂ ਦਾ ਚੇਂਜ ਹੋ ਗਿਆ ਉੱਪਰਲੀ ਜਿਹੜੀ ਸ਼ੈਲ ਆ ਉਹ ਵੀ ਜਿਹੜੀ ਸੌਫਟ ਹੋ ਗਈ ਆ ਬਹੁਤ ਜਲਦੀ ਜਿਹੜੀ ਸਬਜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਫਟਾਫਟ ਜਿਹੜੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਆਪਣੇ ਬੈਂਗਣ ਵੀ ਜਿਹੜੇ ਫਰਾਈ ਹੋ ਗਿਆ ਤੇ ਤੜਕਾ ਵੀ ਜਿਹੜਾ ਹੈ ਆਪਣਾ ਪੂਰੀ ਤਰ੍ਹਾਂ ਫਰਾਈ ਹੋਇਆ ਪੱਕਿਆ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਸਿਰਫ ਮਸਾਲੇ ਜਿਹੜੇ ਭੁੰਨਣਿਆਂ ਵਿੱਚ ਪਾ ਕੇ ਸਬਜੀ ਜਿਹੜੀ ਇਹ ਫਟਾਫਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਭ ਨੂੰ ਪਸੰਦ ਆਉਂਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਆ ਜੋ ਲਓ ਜੀ ਇੱਧਰ ਆਪਾਂ ਹੁਣ ਤੜਕਾ ਜਿਹੜਾ ਆਪਣਾ ਠੰਡਾ ਹੋ ਗਿਆ ਤੇ ਇਹਨੂੰ ਆਪਾਂ ਮਿਕਸੀ ਜੱਗ ਦੇ ਵਿੱਚ ਪਾ ਕੇ ਤੇ ਇਹਦੇ ਆਪਾਂ ਗਰੇਵੀ ਬਣਾਵਾਂਗੇ ਥੋੜਾ ਜਿਹਾ ਆਪਾਂ ਪਾਣੀ ਪਾ ਲਵਾਂਗੇ ਇੱਧਰ ਆਪਾਂ ਇਹ ਦਹੀਂ ਲਿਆ ਚਾਰ ਚਮਚ ਜਾਂ ਤਾਂ ਤੁਸੀਂ ਦਹੀਂ ਦੇ ਦੋ ਚਮਚ ਕਰ ਦੋ ਜੇ ਤੁਹਾਨੂੰ ਖੱਟਾ ਜ਼ਿਆਦਾ ਨਹੀਂ ਪਸੰਦ ਤਾਂ ਤੇ ਜੇ ਤੁਸੀਂ ਸਕਿਪ ਕਰਨਾ ਚਾਹੋ ਨੇ ਤਾਂ ਸਕਿਪ ਵੀ ਕਰ ਸਕਦੇ ਆ ਮੈਂ ਇੱਕ ਚਮਚ ਨਾਲ ਵੇਸਣ ਦਾ ਲਿਆ ਵੇਸਣ ਤੇ ਦਹੀਂ ਦੋਨੋਂ ਮਿਕਸ ਕੀਤੇ ਆ ਤਾਂ ਕਿ ਜਿਹੜਾ ਹੈ ਆਪਣਾ ਬਾਅਦ ਵਿੱਚ ਦਹੀਂ ਫਟੇ ਨਾ ਜਦੋਂ ਆਪਾਂ ਤੜਕਾ ਬਣਾਵਾਂਗੇ ਥੋੜਾ ਹੀ ਆਪਾਂ ਪਾਣੀ ਪਾ ਲਿਆ ਗਰੇਵੀ ਬਣਾਉਣ ਵਾਸਤੇ ਇਹਦੀ ਹੁਣ ਆਪਾਂ ਇਹਨੂੰ ਪੀਸ ਲੈਣੇ ਆ ਲਓ ਜੀ ਇਹ ਆਪਣੀ ਗਰੇਵੀ ਆ ਬਿਲਕੁਲ ਬਣ ਕੇ ਹੋ ਗਈ ਤਿਆਰ ਤੇ ਇਧਰ ਆਪਣੀ ਜਿਹੜੀ ਹੁਣ ਕੜਾਈ ਆ ਗੈਸ ਉੱਪਰ ਹੀ ਪਾਈ ਆ ਤੇਲ ਆਪਣਾ ਗਰਮਾ ਸਭ ਤੋਂ ਪਹਿਲਾਂ ਮੈਂ ਥੋੜੀ ਜੀ ਹਿੰਗ ਪਾਈ ਆ ਜੇ ਤੁਸੀਂ ਹਿੰਗ ਨੂੰ ਪਸੰਦ ਕਰਦੇ ਆ ਤਾਂ ਪਾ ਲਓ ਨਹੀਂ ਸਕਿਪ ਕਰ ਦਿਓ ਇੱਕ ਚਮਚਾ ਆਪਾਂ ਹਲਦੀ ਲੈ ਲਈ ਤੇ ਇੱਕ ਚਮਚੀ ਆਪਾਂ ਜਿਹੜੀ ਦੇਗੀ ਲਾਲ ਮਿਰਚ ਲੈ ਲਈ ਕਲਰ ਵਾਸਤੇ ਵੈਸੇ ਤਾਂ ਆਪਣੀਆਂ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਤੇ ਹੁਣ ਆਪਾਂ ਇਧਰ ਗਰੇਵੀ ਪਾਵਾਂਗੇ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਜੜਾ ਭੁੰਨ ਲੈਣਾ ਆਇਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਲੱਗ ਲਿਆ ਲੱਗਦਾ ਹੋਊਗਾ ਕਿ ਵੀ ਆਇਲ ਆ ਜਿਹੜਾ ਇਹ ਆਪਣਾ ਜ਼ਿਆਦਾ ਆ ਪਰ ਜ਼ਿਆਦਾ ਨਹੀਂਗਾ ਕਿਉਂਕਿ ਮੈਂ ਪਹਿਲਾਂ ਜਿਹੜਾ ਆਇਲ ਸੀ ਕੜਾਈ ਦੇ ਵਿੱਚੋਂ ਕੁਛ ਕੱਢ ਲਿਆ ਸੀ ਦੋ ਕੜਛੀਆਂ ਇਹ ਇੱਕ ਕੜਛੀ ਦੇ ਕਰੀਬ ਹੀ ਆ ਜਿਹੜਾ ਇਹ ਆਪਣਾ ਤੇਲ ਆ ਜ਼ਿਆਦਾ ਨਹੀਂ ਹੈਗਾ ਤੁਹਾਨੂੰ ਦੇਖਣ ਵਿੱਚ ਲੱਗ ਰਿਹਾ ਹੋਵੇਗਾ ਕਿ ਇਹ ਜ਼ਿਆਦਾ ਹੈ ਤੇ ਹੁਣ ਇਹਨੇ ਬਿਲਕੁਲ ਜਿਹੜਾ ਆਪਣਾ ਤੜਕੇ ਦੇ ਵਿੱਚ ਮਿਕਸ ਹੋ ਜਾਣਾ ਆ ਦੇਖੋ ਤੇ ਹੁਣ ਆਪਾਂ ਜਿਹੜਾ ਦੋ ਤੋਂ ਚਾਰ ਮਿੰਟ ਜਿਹੜਾ ਇਸੇ ਤਰ੍ਹਾਂ ਹੀ ਭੁੰਨ ਲੈਣਾ ਮਸਾਲਿਆਂ ਨੂੰ ਤੇ ਜਿਹੜਾ ਆਪਾਂ ਮਸਾਲਾ ਤੇ ਲੂਣ ਆ ਉਹ ਬਾਅਦ ਵਿੱਚ ਪਾਵਾਂਗੇ ਇਹਨੂੰ ਆਪਾਂ 2 ਮਿੰਟ ਇਦਾਂ ਹੀ ਜਿਹੜਾ ਸੇਕ ਤੇ ਮੀਡੀਅਮ ਰੱਖ ਕੇ ਜਿਹੜਾ ਇਹਨੂੰ ਸੇਕ ਲਵਾਉਣਾ ਜੇ ਹਾਈ ਫਲੇਮ ਤੇ ਤਾਂ ਫਿਰ ਆਪਣੇ ਉੱਪਰ ਜਿਹੜੇ ਛਿੱਟੇ ਪੈਣਗੇ ਗਰੇਵੀ ਦੇ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਲਿਆ ਗਰੇਵੀ ਆ ਜਿਹੜੀ ਆਪਾਂ ਬਣਾਉਣੀ ਆ ਉਹਨੂੰ ਪਤਲੀ ਜਾਂ ਗਾੜੀ ਕਿੰਨੀ ਰੱਖਣੀ ਆ ਇਹ ਆਪਣੇ ਤੇ ਡਿਪੈਂਡ ਕਰਦਾ ਤੇ ਇਹਨੂੰ ਆਪਾਂ 2 ਮਿੰਟ ਜਿਹੜਾ ਇਦਾਂ ਹੀ ਢਾਕੇ ਪਕਾਵਾਂਗੇ ਤਾਂ ਕਿ ਆਪਣੇ ਤੇ ਛਿੱਟੇ ਨਾ ਪੈਣ ਗਰੇਵੀ ਦੇ ਜਿਹੜੇ ਛਿੱਟੇ ਪੈਣ ਲੱਗ ਜਾਂਦੇ ਆ ਹੱਥਾਂ ਤੇ ਆ ਦੇਖੋ ਤੇ ਇਹਦੇ ਵਿੱਚ ਆਪਾਂ ਪਾਣੀ ਵੀ ਪਾਵਾਂਗੇ ਤੇ ਇਸ ਨੂੰ ਹੋਰ ਆ ਜਿਹੜਾ ਮੈਂ ਥੋੜਾ ਜਿਹਾ ਪਤਾ ਲਾ ਕਰੂੰਗੀ ਜੇ ਤੁਹਾਨੂੰ ਗਾੜੀ ਜਿਆਦਾ ਗਰੇਵੀ ਚਾਹੀਦੀ ਤਾਂ ਗਾੜੀ ਰੱਖ ਲਓ ਤੇ ਜੇ ਪਤਲੀ ਚਾਹੀਦੀ ਤਾਂ ਪਾਣੀ ਪਾ ਲਓ ਇਹ ਮੈਂ ਥੋੜੀ ਜੀ ਸੁੱਕੀ ਮੇਥੀ ਲਈ ਆ ਇਹਦੇ ਨਾਲ ਕੀ ਆ ਸਬਜ਼ੀ ਦਾ ਟੇਸਟ ਤੇ ਖੁਸ਼ਬੂ ਆ ਜਿਹੜੀ ਬਹੁਤ ਹੀ ਵਧੀਆ ਬਣ ਜਾਂਦੀ ਆ ਤੇ ਇੱਕ ਚਮਚਾ ਆਪਾਂ ਗਰਮ ਮਸਾਲਾ ਲੈ ਲਿਆ ਤੇ ਲੂਣ ਆਪਾਂ ਜਿਹੜਾ ਕੁਝ ਪਹਿਲਾਂ ਵੀ ਟਮਾਟਰਾਂ ਚ ਪਾਇਆ ਸੀ ਥੋੜਾ ਜਿਹਾ ਲੂਣ ਆ ਜਿਹੜਾ ਆਪਾਂ ਹੁਣ ਮਸਾਲੇ ਦੇ ਵਿੱਚ ਐਡ ਕਰ ਲਿਆ ਨਾਲ ਥੋੜੀ ਜੀ ਆਪਾਂ ਖੰਡ ਲਈ ਆ ਜੇ ਤੁਸੀਂ ਇਹ ਖੰਡ ਨੂੰ ਸਕਿਪ ਕਰਨਾ ਚਾਹੁੰਦੇ ਆ ਤਾਂ ਕਰ ਵੀ ਸਕਦੇ ਆ ਜ਼ਰੂਰੀ ਨਹੀਂ ਹੈਗਾ ਤਾਂ ਆਪਣੇ ਆਪਣੇ ਤੇ ਇਹਦੇ ਨਾਲ ਸਬਜੀ ਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਬਣ ਜਾਂਦਾ ਬਿਲਕੁਲ ਹਲਵਾਈ ਸਟਾਈਲ ਬਣਦਾ ਉਹ ਵੀ ਜਦੋਂ ਗਰੇਵੀ ਬਣਾਉਂਦੇ ਆ ਮਟਰ ਪਨੀਰ ਦੀ ਜਾਂ ਪਨੀਰ ਦੀ ਤੇ ਥੋੜੀ ਜੀ ਜਿਹੜਾ ਵਿੱਚ ਚੀਨੀ ਪਾਉਂਦੇ ਆ ਲਓ ਜੀ ਆਪਾਂ ਪਾਣੀ ਪਾ ਕੇ ਤੇ ਇਸ ਨੂੰ ਜਿਹੜਾ ਟੱਕੇ ਪਕਾਵਾਂਗੇ 2-3 ਮਿੰਟ ਵਾਸਤੇ ਮੈਂ ਗਰੇਵੀ ਨੂੰ ਥੋੜਾ ਜਿਹਾ ਪਤਲਾ ਕਰ ਲਿਆ ਤੁਸੀਂ ਦੇਖ ਹੀ ਸਕਦੇ ਆ ਆ ਦੇਖੋ ਤੇ ਹੁਣ ਆਪਾਂ ਇਹਨੂੰ ਟੱਕ ਕੇ ਜਿਹੜਾ 2 ਮਿੰਟ ਲਈ ਸੇਕ ਲਵਾਵਾਂਗੇ ਲੋ ਜੀ 2 ਮਿੰਟ ਆਪਣੇ ਹੋ ਗਏ ਆ ਤੇ ਆਪਾਂ ਜਿਹੜਾ ਪਾਣੀ ਪਾਇਆ ਸੀ ਉਸ ਨੂੰ ਸੇਕ ਲਵਾ ਲਿਆ ਗਰੇਵੀ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਫਰਾਈ ਕੀਤੇ ਹੋਏ ਬੈਂਗਣ ਪਾਵਾਂਗੇ ਲੋ ਜੀ ਆਪਣੀ ਜਿਹੜੀ ਸਬਜੀ ਬਸ 2-4 ਮਿੰਟ ਵਿੱਚ ਜਿਹੜੀ ਬਣ ਕੇ ਬਿਲਕੁਲ ਰੈਡੀ ਆ ਇਹ ਆਪਣੀ ਬਣ ਗਈ ਜੀ ਸ਼ਾਹੀ ਬੈਂਗਣ ਦੀ ਸਬਜੀ ਤੇ ਤੁਸੀਂ ਟਰਾਈ ਜ਼ਰੂਰ ਕਰਿਆ ਜੋ ਤੇ ਬੈਂਗਣ ਜਦੋਂ ਆਪਾਂ ਗਰੇਵੀ ਦੇ ਵਿੱਚ ਪਾਉਣੇ ਆ ਸਿਰਫ ਇੱਕ ਉਵਾਲਾ ਹੀ ਦਵਾਉਣਾ ਕਿਉਂਕਿ ਆਪਣੀ ਜਿਹੜੀ ਗਰੇਵੀ ਵੀ ਬਣੀ ਹੋਈ ਆ ਤੇ ਆਪਣੇ ਬੈਂਗਣ ਵੀ ਜਿਹੜੇ ਆ ਆਪਣੇ ਉਹ ਵੀ ਆਪਣੇ ਪੱਕੇ ਹੋਏ ਆ ਪੂਰੀ ਤਰ੍ਹਾਂ ਰਿੱਜੇ ਹੋਏ ਆ ਇਸ ਕਰਕੇ ਜਿਹੜਾ ਆਪਾਂ ਇਹਨੂੰ ਮਸਾਲਿਆਂ ਦੇ ਵਿੱਚ ਸਿਰਫ ਇੱਕ ਉਵਾਲਾ ਹੀ ਦਵਾਉਣਾ ਤੇ ਸਬਜੀ ਆਪਣੀ ਬਣ ਕੇ ਰੈਡੀ ਆ ਤੇ ਹੁਣ ਆਪਾਂ ਇੱਕ ਡੰਗੇ ਦੇ ਵਿੱਚ ਸਰਵ ਕਰ ਲੈਣੇ ਆ। ਲੋ ਜੀ। ਸ਼ਾਹੀ ਬੈਂਗਨ ਦੀ ਸਬਜ਼ੀ ਬਣ ਕੇ ਜੀ ਰੈਡੀ ਆ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਲੱਗੀ? ਅੱਜ ਮੇਰੀ ਸਬਜ਼ੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ? ਵਧੀਆ ਲੱਗਿਆ ਤਾਂ ਤੁਸੀਂ ਲਾਈਕ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਜੋ। ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਜਰੂਰ ਕਰਿਆ ਜੋ ਤੇ ਤੁਹਾਡੇ ਬੱਚਿਆਂ ਨੂੰ ਜਿਹੜਾ ਤੁਹਾਡੇ ਫੈਮਿਲੀ ਮੈਂਬਰ ਨੂੰ ਜਰੂਰ ਪਸੰਦ ਆਊਗੀ। हां जी मेरे वीडियो देखन दे दा ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੋ ਚਲੋ ਠੀਕ ਆ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ওকে ਬਾਏ ਬਾਏ